ਰੱਖਿਆ ਮੰਤਰੀ ਰਾਣਾ ਸਿੰਘ ਨੇ ਅੱਜ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਹਿੰਦਨ ਪਾਰਤੀ ਹਵਾਈ ਸੈਨਾ ਬੇਸ ਤੇ ਭਾਰਤ ਡਰੋਨ ਸ਼ਕਤੀ 2023 ਦਾ ਉਦਘਾਟਨ ਕੀਤਾ ਭਾਰਤੀ ਹਵਾਈ ਸੈਨਾ ਤੇ ਡਰੋਨ ਫੈਡਰੇਸ਼ਨ ਆਫ ਇੰਡੀਆ ਨੇ ਸਾਂਝੇ ਤੌਰ ਤੇ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਰੱਖਿਆ ਮੰਤਰੀ ਨੇ ਰਸਮੀ ਤੌਰ ਤੇ C295 ਟਰਾਂਸਪੋਰਟ ਜਹਾਜ਼ ਨੂੰ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਿਲ ਕੀਤਾ ਇਸ ਨਾਲ ਭਾਰਤੀ ਹਵਾਈ ਸੈਨਾ ਦੀ ਤਾਕਤ ਵਿੱਚ ਇਜ਼ਾਫਾ ਹੋਇਆ ਏ ਇਸ ਨਾਲ ਮੇਕ ਇਨ ਇੰਡੀਆ ਪਹਿਲ ਨੂੰ ਬੜਾਵਾ ਮਿਲੇਗਾ ਰੱਖਿਆ ਮੰਤਰਾਲੇ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਭਾਰਤ ਵਿੱਚ ਅੱਜੀ ਅਤੇ ਸਿਵਲ ਖੇਤਰਾਂ ਵਿੱਚ ਡਰੋਨ ਦੀ ਵਰਤੋਂ ਲਗਾਤਾਰ ਵਧ ਰਹੀ ਹੈ 2 ਦਿਨ ਤੱਕ ਚੱਲਣ ਵਾਲੇ ਸਮਾਗਮ ਦੌਰਾਨ 50 ਤੋਂ ਵੱਧ ਡਰੋਨ ਹਵਾਈ ਪ੍ਰਦਰਸ਼ਨ ਕਰਨਗੇ ਇਨ੍ਹਾਂ ਵਿੱਚ ਸਰਵੇਖਣ ਡਰੋਨ ਖੇਤੀਬਾੜੀ ਡਰੋਨ ਅੱਗ ਬੁਝਾਉਣ ਵਾਲੇ ਡਰੋਨ ਤੇ ਨਿਗਰਾਨੀ ਡਰੋਨ ਸ਼ਾਮਲ ਹੋਣਗੇ ਇਸ ਸਮਾਗਮ ਵਿੱਚ 75 ਤੋਂ ਵੱਧ ਡਰੋਨ ਸਟਾਰਟਅਪ ਅਤੇ ਕੰਪਨੀਆਂ ਵੀ ਹਿੱਸਾ ਲੈ ਰਹੀਆਂ ਨੇ ਹਰ ਸਾਲ ਹੋਣ ਵਾਲਾ ਸੈਨਾ ਦਿਵਸ ਪ੍ਰੋਗਰਾਮ ਪਿਛਲੇ ਕੁਝ ਵਰਿਆਂ ਤੋਂ ਵੱਖ-ਵੱਖ ਸ਼ਹਿਰਾਂ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ ਰਵਾਇਤੀ ਤੌਰ ਤੇ ਦਿੱਲੀ ਵਿੱਚ ਹੋਣ ਵਾਲੀ ਸਾਲਾਨਾ ਸੈਨਾ ਦਿਵਸ ਪ੍ਰੇਡ ਨੂੰ ਪਿਛਲੇ ਸਾਲ ਤੋਂ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਰਨ ਦੇ ਫੈਸਲੇ ਦੇ ਮੱਧੇਨਜ਼ਰ ਸੈਨਾ ਦਿਵਸ ਦੀ ਅਗਲੇ ਸਾਲ ਹੋਣ ਵਾਲੀ ਪ੍ਰੇਡ ਲਖਨਊ ਵਿੱਚ ਹੋਵੇਗੀ ਇਸ ਸਹਿਤ ਪਿਛਲੇ ਸੈਨਾ ਦਿਵਸ ਦੀ ਪ੍ਰੇਡ ਦੱਖਣੀ ਕਮਾਨ ਖੇਤਰ ਦੇ ਬੰਗਲੌਰੂ ਵਿੱਚ ਹੋਈ ਸੀ ਤੇ ਆਉਣ ਵਾਲੇ 76ਵੇਂ ਸੈਨਾ ਦਿਵਸ ਦੀ ਪ੍ਰੇਡ ਮੱਧ ਕਮਾਨ ਖੇਤਰ ਦੇ ਲਖਨਊ ਵਿੱਚ 15 ਜਨਵਰੀ 2024 ਨੂੰ ਕਰਨ ਦਾ ਫੈਸਲਾ ਲਾ ਲਿਆ ਗਿਆ ਏ